ਇਹ ਸਮਾਂ ਚੁਣ ਲਿਆ ਗਿਆ ਹੈ। ਇੱਕ ਵਿਸਾਖ ਨੂੰ ਬੜਾ ਵੱਡਾ ਇਕੱਠ ਹੋਇਆ ਹੈ, ਬਹੁਤ ਬੇਨਜ਼ੀਰ ਇਕੱਠ ਹੋਇਆ ਹੈ। ਪਹਿਲਾਂ ਤੇ ਭਾਰਤ ਵਰਸ਼ ਦੇ ਲੋਕ ਇੱਕ ਵਿਸਾਖ ਤੋਂ ਪਹਿਲਾਂ ਤੇ ਇਉਂ ਸਨ ਜਿਵੇਂ ਗੜਿਆਂ ਦੀ ਮਾਰ, ਮੌਸਮ ਦੀ ਮਾਰ ਹੇਠ ਫਸਲ ਲਤਾੜੀ ਗਈ ਹੁੰਦੀ ਹੈ। ਇਹ ਮਾਰ ਵੀ ਕੋਈ ਅੱਜ ਥੋੜਾ ਪੈ ਰਹੀ ਸੀ, 700 ਸਾਲ ਤੋਂ ਮਾਰੇ ਜਾ ਰਹੇ ਸਨ ਇਹ ਲੋਕ। 700 ਸਾਲ ਤੋਂ ਮੁਗਲੀਆ ਸਲਤਨਤ ਰੂਪੀ ਗੜੇ ਇਹਨਾਂ ਦੇ ਸਿਰ ਤੇ ਵਰ ਰਹੇ ਸਨ। ਆ ਗਿਆ ਹੈ ਦੁਨੀਆਂ ਤੇ ਆਪ ਨਾਰਾਇਣ ਕਲਾਧਾਰ, ਦੁਆਤੇ ਇੱਕ ਰੂਪ ਗਏ ਖੁਦ ਖੁਦਾ ਨੇ ਅਵਤਾਰ ਧਾਰਿਆ ਹੈ ਗੁਰੂ ਨਾਨਕ ਦੇ ਰੂਪ ਵਿੱਚ। ਉਹ ਅੱਜ ਗੁਰੂ ਗੋਬਿੰਦ ਸਿੰਘ ਦਸਵਾਂ ਜਾਮਾ ਪਹਿਨ ਕੇ ਆ ਗਿਆ ਹੈ, ਧਰਮ ਚਲਾਵਨ ਸੰਤ ਉਭਾਰਨ, ਦੁਸ਼ਟਾਂ ਦਾ ਖਾਤਮਾ ਕਰਨ ਲਈ, ਧਰਮ ਚਲਾਉਣ ਦੇ ਲਈ ਦੁਸ਼ਟ ਸਵਨ ਕੋ ਮੂਲ ਉਪਾਰਨ, ਦੁਸ਼ਟਾਂ ਦਾ ਖਾਤਮਾ ਕਰਨ ਦੇ ਲਈ ਤੇ ਧਰਮ ਦੀ ਰੱਖਿਆ ਕਰਨ ਦੇ ਲਈ ਪਾਤਸ਼ਾਹ ਆ ਗਏ ਨੇ। ਆਈ ਹੈਵ ਬੀਨ ਬੋਰਨ ਟੂ ਸਪਰੈਡ ਧਰਮਾ, ਧਰਮ ਦਾ ਫੈਲਾਅ ਕਰਨ ਦੇ ਲਈ ਮੈਂ ਪੈਦਾ ਹੋਇਆ ਹਾਂ ਕਹਿੰਦੇ, ਦੁਸ਼ਟਾਂ ਦਾ ਖਾਤਮਾ ਕਰਨ ਦੇ ਲਈ ਪ੍ਰੋਟੈਕਟ ਦਾ ਸੇਂਚ ਐਨ ਆਖਣ ਲੱਗੇ, ਆਈ ਐਮ ਗੋਇੰਗ ਟੂ ਪਨਿਸ਼ ਦਾ ਟਾਇਰੈਂਟਸ, ਦੁਸ਼ਮਣਾਂ ਨੂੰ ਖਤਮ ਕਰਾਂਗਾ ਮੈਂ, ਦੁਸ਼ਮਣ ਦੀਆਂ ਜੜ੍ਹਾਂ ਪੁੱਟ ਦੇਵਾਂਗਾ ਮੈਂ, ਔਰ ਮੁਰਝਾਏ ਹੋਏ ਲੋਕਾਂ ਨੂੰ ਜਿਵੇਂ ਫਸਲ ਮੁਰਝਾ ਜਾਵੇ ਵਰਖਾ ਹੋਵੇ ਤੇ ਖੇਡ ਉੱਠਦੀ ਹੈ, ਖੰਡੇ ਬਾਟੇ ਦੀ ਵਰਖਾ ਕਰਕੇ ਅੱਜ ਭਾਰਤ ਵਰਸ਼ ਦੇ ਲੋਕਾਂ ਨੂੰ ਇਉਂ ਹਰਿਆਂ ਭਰਿਆਂ ਕਰਨ ਲੱਗਾ ਹੈ ਜਿਵੇਂ ਬਨਸਪਤੀ ਵਰਖਾ ਹੁੰਦਿਆਂ ਹੀ ਧਰਤੀ ਦੀ ਇੱਕ ਤੇ ਹਰੀ ਭਰੀ ਹੋ ਜਾਂਦੀ ਹੈ। ਅੱਜ ਇਹ ਕਿਰਪਾ ਕਰਨ ਲੱਗਾ ਹੈ, ਇੱਕ ਹੱਥ ਵਿੱਚ ਤੇਗ ਫੜਾਉਣ ਲੱਗਾ ਹੈ, ਇੱਕ ਹੱਥ ਵਿੱਚ ਭਗਤੀ ਦਾ ਪ੍ਰਤੀਕ ਮਾਲਾ ਹੈ, ਦੂਜੇ ਹੱਥ ਵਿੱਚ ਸ਼ਕਤੀ ਦੇਣ ਲੱਗਾ ਹੈ ਪਾਤਸ਼ਾਹ। ਅੱਜ ਹਜ਼ਾਰਾਂ ਦਾ ਉੱਥੇ ਇਕੱਠ ਹੋਇਆ ਹੈ, ਹਜ਼ਾਰਾਂ ਦੇ ਇਕੱਠ ਦੇ ਵਿੱਚ ਸਟੇਜ ਤੇ ਖਲੋ ਗਿਆ ਪਾਤਸ਼ਾਹ, ਤਖ਼ਤ ਤੇ ਖਲੋ ਗਿਆ, ਐਲਾਨ ਕਰ ਦਿੱਤਾ, ਐਲਾਨ ਕਹਿੰਦਾ ਸੀਸ ਚਾਹੀਦਾ ਹੈ, ਸੀਸ ਸਿਰ ਚਾਹੀਦਾ ਹੈ। ਅੱਜ ਤੱਕ ਏਦਾਂ ਦੀ ਮੰਗ ਕਿਸੇ ਸਾਧ ਨੇ ਨਹੀਂ ਰੱਖੀ, ਅੱਜ ਤੱਕ ਏਦਾਂ ਦੀ ਮੰਗ ਕਿਸੇ ਰਹਿਬਰ ਨੇ ਚੇਲਿਆਂ ਅੱਗੇ ਨਹੀਂ ਰੱਖੀ, ਕਿਉਂਕਿ ਸਾਰੇ ਹੀ ਜਾਣਦੇ ਨੇ ਸਿਰ ਮੰਗ ਲਿਆ, ਸਿਰ ਵੱਢ ਦਿੱਤਾ ਤੇ ਜੋੜਨਾ ਕਿਹੜੇ ਬਾਪੂ ਨੇ ਹੈ, ਮੰਗਣਾ ਵੀ ਔਖਾ ਨਹੀਂ ਹੈ ਤੇ ਵੱਢਣਾ ਵੀ ਔਖਾ ਨਹੀਂ ਹੈ, ਪਰ ਜੋੜਨਾ ਬੜਾ ਔਖਾ ਹੈ। ਹੁਣ ਥੋੜਾ ਜਿਹਾ ਧਿਆਨ ਦਿਓ, ਤੁਹਾਡੀ ਗੁਰੂ ਦੀ ਕਰਾਮਾਤ ਬਰਕਤ ਦੇ ਉੱਤੇ ਇੱਥੇ ਤਰਕ ਕੀਤਾ ਜਾਂਦਾ ਹੈ ਤੇ ਸ਼ਬਦ ਗੁਰੂ ਦਾ ਨਾਰਾ ਲਾ ਕੇ ਸਾਨੂੰ ਗੁੰਮਰਾਹ ਕਰਦੇ ਨੇ। ਸ਼ਬਦ ਗੁਰੂ ਤੋਂ ਹੀ ਸਾਬਤ ਕਰਾਂਗੇ ਵੀ ਬੱਕਰੇ ਵੱਡੇ ਨੇਗੇ, ਸਿਰ ਵੱਡੇ ਨੇ ਸਿੰਘਾਂ ਦੇ। ਸ਼ਬਦ ਗੁਰੂ ਤੋਂ ਹੀ ਪੁੱਛਾਂਗੇ ਵੀ ਧੜਾ ਨਾਲੋਂ ਜੁਦਾ ਹੋਏ ਸਿਰ ਅੱਜ ਤੱਕ ਦੁਨੀਆਂ ਤੇ ਕੋਈ ਰਹਿਬਰ ਪੈਗੰਬਰ ਕੋਈ ਹਕੀਮ ਨਹੀਂ ਜੋੜ ਸਕਿਆ, ਕੀ ਗੁਰੂ ਗੋਬਿੰਦ ਸਿੰਘ ਕੋਲੇ ਤਾਕਤਾਂ ਨੇ, ਕੀ ਗੁਰੂ ਨਾਨਕ ਦੇ ਘਰ ਕੋਲ ਤਾਕਤਾਂ ਨੇ। ਸਟੇਜ ਤੇ ਬਹਿ ਜਾਂਦੇ ਨੇ, ਸੰਗਤ ਦਾ ਹੀ ਧਨ ਖਾਂਦੇ ਨੇ, ਗੁਰੂ ਦਾ ਦਿੱਤਾ ਹੀ ਧਨ ਖਾਂਦੇ ਨੇ ਤੇ ਆਖਣਗੇ ਨਹੀਂ ਜੀ ਸਿਰ ਕੌਣ ਜੋੜ ਸਕਦਾ ਹੈ। ਗੁਰੂ ਦੀ ਤਾਕਤ ਨੂੰ ਹੀ ਕੱਟਿਆ ਜਾ ਰਿਹਾ ਵੀ ਜਿੱਦਾਂ ਗੁਰੂ ਕੋਈ ਮਾਮੂਲੀ ਬੰਦਾ ਆਵੇ ਵੀ ਸਾਡੇ ਤੋਂ ਕੀੜੀ ਮਰ ਗਈ ਤੇ ਜੀਂਦੀ ਨਹੀਂ ਹੋਣੀ ਤੇ ਗੁਰੂ ਤੋਂ ਕੀ ਹੋਣ ਲੱਗਾ ਹੈ। ਮੈਂ ਹੈਰਾਨ ਹਾਂ ਇਹ ਕਿੱਦਾਂ ਦੀ ਔਲਾਦ ਹੈ ਜਿਹੜੀ ਆਂਦੀ ਵੀ ਸਾਡੇ ਬਾਪੂ ਦੇ ਪੱਲੇ ਹੀ ਕੱਖ ਨਹੀਂ ਹੈ। ਉਹ ਬਾਪੂ ਦੀ ਤੇ ਵਡਿਆਈ ਕਰਨ ਲਈ ਸਟੇਜ ਮਿਲੀ ਹੈ ਸਾਨੂੰ, ਤੂੰ ਸਟੇਜ ਤੇ ਬਹਿ ਜਾਣਾ, ਨਾ ਜੀ ਨਾ ਬੰਦਾ ਕਿੱਥੇ ਬੱਕਰੇ ਵੱਢ ਕੇ ਜੋੜ ਦੇਵੇ, ਬੰਦਾ ਕਿੱਥੇ ਬੰਦੇ ਵੱਢ ਕੇ ਜੋੜ ਦੇਵੇ। ਪਹਿਲੀ ਗੱਲ ਤੇ
ਇੱਥੇ ਹੀ ਜ਼ੁਬਾਨ ਬੰਦ ਕਰ ਲੈਣੀ ਚਾਹੀਦੀ ਹੈ ਵੀ ਤੂੰ ਉਸ ਖੁਦਾ ਦੇ ਜਾਮੇ ਨੂੰ ਮਾਮੂਲੀ ਬੰਦਾ ਕਹਿ ਰਿਹਾ ਹੈ। ਉਹ ਪਤਾ ਕੌਣ ਹੈ? ਗੁਰੂ ਅਰਜਨ ਸਾਹਿਬ ਨੂੰ ਕਿਸੇ ਨੇ ਪੁੱਛਿਆ ਗੁਰੂ ਨਾਨਕ ਕੌਣ ਹੈ? ਪੰਜਾਂ ਤੱਤਾਂ ਦੇ ਬਣੇ ਨੇ, ਸਾਡੇ ਵਰਗੇ ਬੰਦੇ ਹੀ ਨੇ। ਕਹਿੰਦੇ ਨਹੀਂ, ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ। ਸਾਡਾ ਰੱਬ ਕੋਈ ਨਹੀਂ, ਸਾਡਾ ਰੱਬ ਗੁਰੂ ਨਾਨਕ ਹੈ। ਰੱਬ ਹੀ ਦੁਨੀਆਂ ਤੇ ਆਇਆ ਹੈ ਤੇ ਫਿਰ ਗੁਰੂ ਨਾਨਕ ਸਾਹਿਬ ਗੁਰੂ ਗ੍ਰੰਥ ਸਾਹਿਬ ਕਹਿੰਦੇ ਰੱਬ ਕਰ ਵੀ ਕੁਝ ਸਕਦਾ ਹੈ, ਕਿਤ ਮੁੱਖ ਗੁਰਸਾ ਲਾਹੀ ਹੈ ਕਰਨ ਕਾਰਨ ਸਮਰਾਥੇ। ਸ਼ਬਦ ਗੁਰੂ ਕਹਿੰਦਾ ਜੀ, ਕਿਹੜੇ ਜ਼ੁਬਾਨ ਨਾਲ ਉਹਦੀ ਉਪਮਾ ਕਰਾਂ, ਜੋ ਚਾਹੇ ਕਰ ਸਕਦਾ ਹੈ। ਜਿਹੜਾ ਸਾਹਾਂ ਦੀ ਡੋਰੀ ਦੇ ਕੇ ਸਾਨੂੰ ਚੱਲਦਿਆਂ ਰੱਖਦਾ ਹੈ ਤੇ ਸਾਹਾਂ ਦੀ ਡੋਰੀ ਖੋਣ ਦੀ ਉਹਦੇ ਕੋਲ ਸਮਰੱਥਾ ਹੈ ਤੇ ਬਖਸ਼ ਵੀ ਸਕਦਾ ਹੈ। ਮੈਂ ਭਾਈ ਨੰਦ ਲਾਲ ਨੂੰ ਪੁੱਛਿਆ ਵੀ ਗੁਰੂ ਗੋਬਿੰਦ ਸਿੰਘ ਕੌਣ ਹੈ? ਸਾਡੇ ਵਰਗਾ ਹੀ ਹੈ। ਤੇ ਜਵਾਬ ਇਹ ਮਿਲੇਗਾ ਵੀ ਚੱਖਾਂ ਮਾਰਨੀਆਂ ਛੱਡ ਦਿਓ, ਕੀਟ ਹੋ ਕੇ ਖੁਦਾ ਦੇ ਨਾਲ ਆਪਣਾ ਕੰਪੈਰੀਜ਼ਨ ਨਹੀਂ ਕਰੀਦਾ। ਉਹ ਪਤਾ ਕੀ ਕਹਿੰਦਾ? ਤੁਹਾਡੇ ਕੋਲ ਤੇ ਕਹਿੰਦੇ ਚਵਾਨੀ ਦੀ ਮਲਕੀਅਤ ਨਹੀਂ ਹੈ, ਜੋ ਅੱਜ ਹੈ ਕੱਲ ਨੂੰ ਨਹੀਂ ਰਹੇਗਾ। ਗੁਰੂ ਗੋਬਿੰਦ ਸਿੰਘ ਬਾਰੇ ਸੁਣਿਓ, ਬਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਲੋਕ ਤੇ ਪਰਲੋਕ ਦਾ ਮਾਲਕ ਹੈ। ਲੋਕ ਵਿੱਚੋਂ ਗੁਰੂ ਗੋਬਿੰਦ ਸਿੰਘ ਹੈ, ਪਰਲੋਕ ਵਿੱਚੋਂ ਨਿਰਗੁਣ ਸਰੂਪ ਖੁਦਾ ਹੈ। ਦੋਹਾਂ ਹੀ ਲੋਕਾਂ ਦਾ ਮਾਲਕ ਅਗਰ ਕੋਈ ਹੈ ਤੇ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਗੁਰੂ ਗੋਬਿੰਦ ਸਿੰਘ ਹੈ, ਹੋਰ ਕਿਹੜਾ ਰੱਬ ਹੈ ਇੱਥੇ? ਤੇ ਰੱਬ ਦੇ ਲਈ ਫਿਰ ਮੁਰਦਿਆਂ ਦੇ ਜਾਨ ਫੂਕਣੀ ਕੋਈ ਔਖੀ ਗੱਲ ਨਹੀਂ ਹੈ। ਆਦੇ ਨੀ ਬੱਕਰੇ ਵੱਢੇ ਸੀ ਇਹ, ਮੈਂ ਬੱਕਰੇ ਵੱਢੇ ਸੀ ਇਹ ਤੰਬੂ ਲਾ ਕੇ। ਹੁਣ ਥੋੜਾ ਜਿਹਾ ਧਿਆਨ ਦਿਓ, ਇਹ ਅੱਜ ਕੱਲ ਤਰਕ ਬੜਾ ਚੱਲਦਾ ਹੈ। ਬੱਕਰੇ ਵੱਢੇ ਸੀ ਇਹ ਤੰਬੂ ਲਾ ਕੇ, ਹੁਣ ਥੋੜਾ ਜਿਹਾ ਧਿਆਨ ਦਿਓ। ਪੰਜ ਬੱਕਰੇ ਨੇ, ਪੰਜੇ ਤੰਬੂ ਵਿੱਚ ਬੰਨੇ ਹੋਣ ਤੇ ਜਿਹੜੇ ਬੱਕਰੇ ਬੁੱਕਰੇ ਛਕਣ ਦੇ ਸ਼ੌਕੀਨ ਨੇ ਉਹ ਚੰਗੀ ਤਰ੍ਹਾਂ ਜਾਣਦੇ ਨੇ, ਜਦੋਂ ਤਲਵਾਰ ਸਿਰ ਤੇ ਹੋਵੇ ਤੇ ਸਾਰੇ ਬੱਕਰੇ ਮਿਆਂਕਦੇ ਨੇ। ਜਾਨ ਸਭ ਨੂੰ ਪਿਆਰੀ ਹੈ ਭਾਵੇਂ ਬੇਜ਼ੁਬਾਨਾ ਹੀ ਹੋਵੇ। ਪਹਿਲੀ ਗੱਲ ਤੇ ਤਰਕ ਕਰਨ ਵਾਲੇ ਨੂੰ ਜਿਹੜਾ ਕਹਿੰਦਾ ਬੱਕਰੇ ਵੱਢੇ, ਉਹਨੂੰ ਪੁੱਛੋ ਵੀ ਗੁਰੂ ਸਾਹਿਬ ਨੇ ਸਿਰ ਬੱਕਰਿਆਂ ਦੇ ਮੰਗੇ ਸੀ ਕਿ ਬੰਦਿਆਂ ਦੇ ਇਕੱਠ ਚ ਮੰਗੇ ਸੀ? ਜਿਹਦੇ ਹੁਕਮਨਾਮੇ ਬੱਕਰਿਆਂ ਨੂੰ ਘੱਲੇ ਸੀ ਵੀ ਸਾਰੇ ਪੰਡਾਲ ਚ ਬਹਿ ਜਾਇਓ, ਫਿਰ ਤੇ ਬੱਕਰਿਆਂ ਦੇ ਹੀ ਸਿਰ ਮੰਗੇਗਾ ਤੇ ਬੱਕਰਿਆਂ ਦੇ ਹੀ ਵੱਢੇਗਾ। ਤੇ ਜੇ ਹੁਕਮਨਾਮੇ ਮਰਦਾਂ ਨੂੰ ਘੱਲੇ ਨੇ, ਸਿੱਖਾਂ ਨੂੰ ਘੱਲੇ ਨੇ, ਭਾਰਤ ਵਰਸ਼ ਦੇ ਲੋਕਾਂ ਨੂੰ ਘੱਲੇ ਨੇ, ਸਾਹਮਣੇ ਲੋਕ ਬੈਠੇ ਨੇ ਤੇ ਮੰਗ ਕੀ ਰਿਹਾ ਹੈ? ਮੈਨੂੰ ਇੱਕ ਸ਼ੀਸ ਚਾਹੀਦਾ ਹੈ। ਬੰਦਿਆਂ ਦੇ ਇਕੱਠ ਵਿੱਚ ਬੰਦਿਆਂ ਦਾ ਸਿਰ ਮੰਗਿਆ ਹੈ, ਬੱਕਰਿਆਂ ਦਾ ਸਿਰ ਨਹੀਂ ਸੀ ਮੰਗਿਆ। ਜੇ ਬੱਕਰਿਆਂ ਦਾ ਸਿਰ ਮੰਗਿਆ ਹੁੰਦਾ ਤੇ ਬੱਕਰੇ ਵੱਢੇ ਫਿਰ ਤੇ ਗੱਲ ਮੰਨਣ ਵਿੱਚ ਆ ਜਾਵੇ। ਸਿਰ ਮੰਗੇ ਨੇ ਪਾਤਸ਼ਾਹ ਤੁਸੀਂ ਬੰਦਿਆਂ ਦੇ, ਕਹਿੰਦੇ ਬੱਕਰੇ ਵੱਢੇ ਨੇ। ਵਾਕ ਛਲ ਐਸਾ ਹੈ, ਸਮਝਿਓ, ਤਰੀਕੇ ਦੇ ਨਾਲ ਤੁਹਾਡੇ ਗੁਰੂ ਨੂੰ ਝੂਠਾ ਸਾਬਤ ਕੀਤਾ ਜਾ ਰਿਹਾ ਹੈ। ਇਹ ਝੂਠ ਨਹੀਂ ਤੇ ਹੋਰ ਕੀ ਹੈ? ਆਖੇ ਸਿਰ ਦਿਓ ਬੰਦਿਆਂ ਦੀ ਸਭਾ ਵਿੱਚ, ਮਰਦਾਂ ਦੀ ਸਭਾ ਵਿੱਚ, ਲੋਕਾਂ ਦੀ ਸਭਾ ਵਿੱਚ ਆਖੇ ਸਿਰ ਦਿਓ, ਮੰਗੇ ਬੰਦਿਆਂ ਦੇ ਸਿਰ ਤੇ ਵੱਢੀ ਅੰਦਰ ਬੱਕਰੇ ਜਾਵੇ, ਗੁਰੂ ਤੇ ਝੂਠਾ ਹੋ ਗਿਆ।
ਕਹਿਣੀ ਹੋਰ ਤੇ ਕਰਨੀ ਹੋਰ, ਗੁਰੂ ਤੇ ਝੂਠਾ ਕਰ ਦਿੱਤਾ ਇਸ ਪ੍ਰਚਾਰਕ ਨੇ। ਬੱਕਰੇ ਵੱਡੇ ਨੇ, ਚਲੋ ਤੰਬੂ ਵਿੱਚ ਪੰਜ ਬੱਜੇ ਵੀ ਹੋਣ ਤੇ ਜਦੋਂ ਇੱਕ ਦਾ ਸਿਰ ਲਾਇਆ ਦੂਜਿਆਂ ਚਿਆਵਿਆਂ ਨਹੀਂ ਸੀ ਕੋਈ ਕਰਨੀ, ਮਿਆਂਕਣਾ ਨਹੀਂ ਸੀ ਦੂਜੇ ਬੱਕਰਿਆਂ ਨੇ। ਤੇ ਫਿਰ ਥੋੜਾ ਜਿਹਾ ਧਿਆਨ ਦਿਓ, ਉਹ ਕਿਤਿਓਂ ਤੇ ਇਤਿਹਾਸ ਚੋਂ ਲੱਭ ਕੇ ਲਿਆ ਦਵੋ ਜਿੱਥੇ ਲਿਖਿਆ ਹੋਵੇ ਵੀ ਫਲਾਨੀ ਮੰਡੀ ਚੋਂ ਇੰਨਿਆਂ ਦੇ ਬੱਕਰੇ ਖਰੀਦੇ ਨੇ ਤੇ ਜਿਹੜੇ ਗੁਰੂ ਘਰ ਘੋੜੇ ਚੜ੍ਹਦੇ ਸੀ ਉਹਨਾਂ ਦੀ ਕੀਮਤ ਵੀ ਲਿਖੀ ਮਿਲੇਗੀ ਇਤਿਹਾਸ ਵਿੱਚ, ਵੀ ਫਲਾਨਾ ਸ਼ਾਹੂਕਾਰ, ਫਲਾਨਾ ਸਿੰਘ, ਫਲਾਨਾ ਅਰਬੀ ਘੋੜਾ ਲੈ ਕੇ ਗੁਰੂ ਦੇ ਦਰ ਤੇ ਆਇਆ। ਇਹ ਤੇ ਕਿਤੇ ਵੀ ਨਹੀਂ ਲਿਖਿਆ ਮਿਲਿਆ ਵੀ ਫਲਾਨੀ ਮੰਡੀ ਚੋਂ ਪੰਜ ਬੱਕਰੇ ਆਏ। ਤੇ ਜੇ ਬੱਕਰੇ ਹੀ ਵੱਡੇ ਹੁੰਦੇ ਤੇ ਜਿਹੜੇ ਸਿੰਘ ਨੇ ਬੱਕਰੇ ਖਰੀਦੇ ਸੀ ਨਾ ਉਹਨੇ ਸਾਰਿਆਂ ਤੋਂ ਗੁਪਤ ਰੱਖਿਆ ਸੀ, ਤੇ ਉਹਨੇ ਬੱਕਰੇ ਇਕੱਲੇ ਨੇ ਪੰਜ ਤੰਬੂ ਵਿੱਚ ਬੰਨ ਵੀ ਦਿੱਤੇ ਹੋਣ, ਤੇ ਜਦੋਂ ਕਲਗੀਧਰ ਨੇ ਸਟੇਜ ਤੇ ਐਲਾਨ ਕੀਤਾ ਹੈ ਵੀ ਮੈਨੂੰ ਇੱਕ ਸਿਰ ਚਾਹੀਦਾ ਹੈ, ਤੇ ਸਭ ਤੋਂ ਪਹਿਲਾਂ ਖਰੀਦਣ ਵਾਲਿਆਂ ਜਾਣਾ ਸੀ ਵੀ ਵੱਡੇ ਤੇ ਬੱਕਰੇ ਨੇ ਟੌਰ ਆਪਣਾ ਬਣ ਜਾਣਾ, ਚੱਲ ਗਏ। ਹੋਰ ਗੱਲ ਵੱਲ ਧਿਆਨ ਦਿਓ, ਅਖੇ ਜੀ ਤੰਬੂ ਵਿੱਚ ਬੱਕਰੇ ਵੱਡੇ ਨੇ, ਨਾ ਬੱਕਰਾ ਕੋਈ ਮਿਆਂਕਿਆ ਹੈ। ਅੱਛਾ ਮੰਨ ਲਓ ਕਿਸੇ ਕਸਾਈ ਦੀ ਦੁਕਾਨ ਤੇ ਬੱਕਰਾ ਵੱਢਿਆ ਜਾ ਰਿਹਾ ਹੋਵੇ ਤੇ ਕਦੇ ਬਾਜ਼ਾਰ ਵਿੱਚ ਭਗਦੜ ਮਚੀ ਵੇਖੀ ਜੇ, ਕਿਸੇ ਦੀ ਦੁਕਾਨ ਤੇ ਕੁੱਕੜ ਵੱਢਿਆ ਜਾਂਦਾ ਹੋਵੇ ਤੇ ਕਦੇ ਬਾਜ਼ਾਰ ਵਿੱਚ ਲੋਕ ਦੌੜਦੇ ਵੇਖੇ ਜੇ। ਆਖਣਗੇ ਜੀ ਜਦੋਂ ਕਲਗੀਧਰ ਪਾਤਸ਼ਾਹ ਨੇ ਸ਼ੀਸ਼ ਮੰਗਿਆ ਤੰਬੂ ਵਿੱਚ ਲੈ ਗਏ, ਉੱਥੇ ਵੱਢ ਬੱਕਰਾ ਦਿੱਤਾ ਤੇ ਹਜ਼ਾਰਾਂ ਦੇ ਇਕੱਠ ਚੋਂ ਲੋਕ ਭੱਜ ਗਏ। ਪਹਿਲੀ ਗੱਲ ਤੇ ਜਿਹੜੇ ਸਿੰਘ ਨੇ ਬੱਕਰੇ ਲਿਆ ਕੇ ਬੰਨੇ ਨੇ ਉਹਨੇ ਹੀ ਰੌਲਾ ਪਾ ਦੇਣਾ ਸੀ ਵੀ ਗੁਰੂ ਝੂਠ ਬੋਲਦਾ ਜੇ ਵੱਢਣੇ ਬੱਕਰੇ ਨੇ ਤੇ ਸਿਰ ਬੰਦਿਆਂ ਦੇ ਮੰਗੀ ਜਾਂਦਾ ਹੈ। ਜੇ ਵੱਢਣੇ ਬੱਕਰੇ ਹੁੰਦੇ ਤੇ ਫਿਰ ਪੰਜਾਂ ਪਿਆਰਿਆਂ ਦੀ ਜਗ੍ਹਾ 80,000 ਪਿਆਰਾ ਸੱਜ ਜਾਣਾ ਸੀ, ਫਿਰ ਡਰ ਕਾਹਦਾ ਹੈ ਬੰਦੇ ਤੇ ਵੱਢਣੇ ਹੀ ਨਹੀਂ, ਕਿਉਂ ਲੱਖਾਂ ਚੋਂ ਹਜ਼ਾਰਾਂ ਚੋਂ ਪੰਜ ਹੀ ਉੱਠੇ ਨੇ, ਕਿਉਂਕਿ ਬੱਕਰੇ ਨਹੀਂ ਬੰਦਿਆਂ ਦੇ ਸਿਰ ਲੈ ਰਹੇ ਸਨ ਸਟੇਜ ਦੇ ਉੱਤੇ। ਤੇ ਜਿਹੜੇ ਕਹਿੰਦੇ ਨਾ ਤੰਬੂ ਚ ਵੱਡੇ ਨੇ, ਛੱਡ ਦਿਓ ਤੰਬੂ ਦੀਆਂ ਗੱਲਾਂ, ਗੁਰੂ ਓਹਲਾ ਨਹੀਂ ਰੱਖਦਾ, ਇਹ ਤੰਬੂ ਤੰਬੂ ਸਾਡੇ ਵਰਗਿਆਂ ਨੂੰ ਲਾਉਣੇ ਪੈਂਦੇ ਨੇ, ਗੁਰੂ ਜੋ ਕਰਦਾ ਹੈ ਹਿੱਕ ਦੇ ਜ਼ੋਰ ਨਾਲ ਸਾਹਮਣੇ ਕਰਦਾ ਹੈ। ਗੁਰੂ 10 ਲੱਖ ਦੇ ਘੇਰੇ ਨੂੰ ਮਲੀਆ ਬੇਟ ਕਰਦਾ ਹੈ ਤੇ ਤਾੜੀ ਲਾ ਕੇ ਨਗਾਰੇ ਵਜਾ ਕੇ ਕਰਦਾ ਹੈ। ਗੁਰੂ ਨੂੰ ਚੋਰੀ ਕਰਨ ਦੀ ਆਦਤ ਨਹੀਂ ਹੈ, ਚੋਰੀ ਬੰਦਾ ਕਰਦਾ ਹੈ। ਥੋੜਾ ਜਿਹਾ ਇਸ ਗੱਲ ਵੱਲ ਧਿਆਨ ਦਿਓ, ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਵੀ ਜਦੋਂ ਸੀਸ ਮੰਗਿਆ ਨਾ ਸੀਸ ਤੇ ਤੀਜੀ ਵਾਰ ਜਾ ਕੇ ਦਇਆ ਰਾਮ ਜੀ ਉੱਠੇ ਨੇ, ਪਹਿਲਾਂ ਕੋਈ ਉੱਠਿਆ ਹੀ ਨਹੀਂ ਵੀ ਇਹਨੇ ਮੰਗ ਕੀ ਲਿਆ ਹੈ ਗੁਰੂ ਨੇ, ਅੱਜ ਤੱਕ ਗੁਰੂ ਦੱਸਣਾ ਕੀ ਦਿੰਦੇ ਹੋ, ਪੈਸੇ ਦੇ ਦਿਓ, ਕੱਪੜੇ ਦੇ ਦਿਓ, ਇਹ ਮੰਗ ਲਵੇਗਾ ਗੁਰੂ, ਹੱਦ ਹੋ ਗਈ ਹੈ, ਸਿਰ ਮੰਗ ਲਿਆ ਇਸਨੇ, ਪਹਿਲਾਂ ਤੇ ਉੱਠਿਆ ਕੋਈ ਨਾ, ਦੂਜੀ ਵਾਰ ਤੇ ਨਾ ਉੱਠੇ, ਤੀਜੀ ਵਾਰ ਤੇ ਦਇਆ ਰਾਮ ਜੀ ਉੱਠੇ ਨੇ, ਉਹ ਲੈ ਗਿਆ ਹੈ ਬਾਹੋਂ ਫੜ ਕੇ ਸਟੇਜ ਦੇ ਉੱਤੇ, ਸ਼ਰੇਆਮ ਚੰਡੀ ਕੱਢ ਕੇ ਸਿਰ ਲਾ ਕੇ ਧੜ ਨਾਲੋਂ ਜੁਦਾ ਕਰ ਦਿੱਤਾ। ਇਤਿਹਾਸ ਗਵਾਹ ਹੈ ਜਦੋਂ ਸਿਰ ਧੜ ਨਾਲੋਂ ਜੁਦਾ ਹੋਇਆ ਜਸਵੰਤ ਰਾਓ ਜਿਹੜਾ 20,000 ਸੰਗੀ ਸਾਥੀ ਲੈ ਕੇ ਉਸ ਇਕੱਠ ਦੇ ਵਿੱਚ ਆਇਆ ਸੀ, ਆਪਣੇ 20,000 ਬੰਦੇ ਲੈ ਕੇ ਚੱਡਿਆਂ ਚ ਪੂਸ ਲੈ ਕੇ ਦੌੜਿਆ ਹੈ ਉੱਥੋਂ। ਬੱਕਰੇ ਵੱਢੇ ਜਾਂਦੇ ਹੁਣ ਸਟੇਜ ਤੇ, ਭਗਦੜ ਨਹੀਂ ਮੱਚਦੀ ਇਕੱਠ ਵਿੱਚ, ਲੋਕ ਤੇ ਅੱਡੀਆਂ ਚੁੱਕ ਚੁੱਕ ਆਉਂਦੇ ਨੇ ਵੀ ਅੱਜ ਛਕਣ ਨੂੰ ਪਦਾਰਥ ਚੰਗਾ ਮਿਲੇਗਾ, ਬੱਕਰੇ ਵੱਢੇ ਜਾਂਦੇ ਹੁਣ ਤੇ।
ਮੈਂ ਹੈਰਾਨ ਆ ਵੀ ਇਹ ਕਿਹੜੀ ਸਭਾ ਹੈ, ਬੱਕਰੇ ਵੱਢ ਰਿਹਾ ਹੈ ਕੋਈ ਤੇ ਲੋਕ ਭੱਜ ਉੱਠਣ, ਲੋਕਾਂ ਨੂੰ ਕਾਹਦਾ ਖਤਰਾ ਹੈ, ਵੱਢੇ ਤੇ ਬੱਕਰੇ ਜਾਂਦੇ ਨੇ, ਤੁਹਾਨੂੰ ਕਾਹਦਾ ਖਤਰਾ ਪੈ ਗਿਆ ਹੈ? ਕੋਈ ਸਾਇੰਟੀਫਿਕਲੀ ਵੀ ਅਗਲੇ ਨੂੰ ਪੁੱਛਿਆ ਕਰੋ ਵੀ ਤੂੰ ਤਰਕ ਕਰ ਰਿਹਾ ਹੈ, ਕੋਈ ਸਿੱਧ ਤੇ ਕਰ, ਫਿਰ ਬੱਕਰੇ ਵੱਢਣ ਦੇ ਨਾਲ ਲੋਕਾਂ ਨੂੰ ਡਰ ਕਿਉਂ ਪੈਦਾ ਹੋ ਗਿਆ? ਜਦੋਂ ਸਿਰ ਵੱਢਿਆ ਹੈ ਦਇਆ ਰਾਮ ਦਾ, ਦਇਆ ਸਿੰਘ ਬਣਾਉਣ ਦੇ ਲਈ, ਜਸਵੰਤ ਰਾਓ 20,000 ਸਿਪਾਹੀ ਲੈ ਕੇ, ਸਾਥੀ ਲੈ ਕੇ, ਸੱਜਣ ਲੈ ਕੇ, ਯਾਰ ਲੈ ਕੇ ਦੌੜ ਉੱਠਿਆ ਹੈ ਤੇ ਬੱਕਰੇ ਵੱਢੇ ਹੋਣ ਤੇ ਜਸਵੰਤ ਰਾਓ ਨੇ ਸਵਾਰ ਕੇ ਸਟੇਜ ਤੇ ਬਹਿਣਾ ਸੀ ਵੀ ਛਕਣ ਨੂੰ ਮਿਲੇਗਾ, ਇਹਨੂੰ ਸੁੱਕੀ ਰੋਟੀ ਮਿਲਦੀ ਹੈ, ਬੱਕਰੇ ਮਿਲ ਜਾਣ, ਹੋਰ ਕੀ ਚਾਹੀਦਾ ਇਹਨੂੰ? ਜਸਵੰਤ ਰਾਓ ਨੇ ਤੇ ਭੱਜ ਕੇ ਚੜ੍ਹਨਾ ਸੀ ਸਟੇਜ ਤੇ, ਬੱਕਰੇ ਵੱਢੀ ਦੇ ਹੋਣ, ਬੱਕਰੇ ਵੱਢੀ ਦੇ ਹੋਣ ਤੇ ਲੋਕ ਗੱਡੀਆਂ ਚੁੱਕ ਕੇ ਦੌੜਦੇ ਨਹੀਂ, ਲੋਕ ਮੈਦਾਨ ਨਹੀਂ ਛੱਡਦੇ, ਸ਼ਰੇਆਮ ਸਟੇਜ ਤੇ ਆਉਣਗੇ ਤੇ ਛਕਣਗੇ। ਥੋੜਾ ਜਿਹਾ ਧਿਆਨ ਦੇ, ਬੱਕਰੇ ਵੱਢਣੇ ਸੀ ਤੇ ਕਿਸੇ ਸਿੰਘ ਨਾਲ ਤੇ ਸਲਾਹ ਕਰਨੀ ਸੀ ਨਾ ਕਲਗੀਧਰ ਨੇ ਵੀ ਮੈਂ ਲੋਕਾਂ ਤੋਂ ਸਿਰ ਮੰਗਣੇ ਤੇ ਬੱਕਰੇ ਹੌਲੀ ਜੀ ਲਿਆ ਕੇ ਬੰਨ ਦੇ। ਕਿਹਦੇ ਨਾਲ ਕਰਦੇ? ਗੁਰੂ ਪਾਤਸ਼ਾਹ ਦੇ ਨੇੜੇ ਕਈ ਸਿੱਖ ਸਨ, ਮਾਮਾ ਕਿਰਪਾਲ ਚੰਦ ਨੂੰ ਕਹਿ ਦਿੰਦੇ, ਕਿਸੇ ਨੂੰ ਫਿਰ ਖਰੀਦਣ ਵੀ ਘੱਲਿਆ ਹੋਵੇਗਾ, ਗੱਲ ਵੀ ਤੇ ਲੀਕ ਹੋ ਜਾਂਦੀ ਹੈ ਨਾ। ਪਰ ਸਭ ਤੋਂ ਵੱਡਾ ਗੁਰੂ ਦੇ ਉੱਤੇ ਜੋ ਤਰਕ ਸਾਧਿਆ ਜਾ ਰਿਹਾ ਇਹ ਸਾਬਤ ਕੀਤਾ ਜਾ ਰਿਹਾ, ਗੁਰੂ ਦੀ ਕਰਨੀ ਹੋਰ ਸੀ ਤੇ ਕਥਨੀ ਹੋਰ ਸੀ, ਕਹਿੰਦਾ ਹੋਰ ਸੀ ਤੇ ਕਰਦਾ ਹੋਰ ਸੀ, ਤੇ ਗੁਰੂ ਨੂੰ ਝੂਠਾ ਸਾਬਤ ਕਰਦੇ ਨੇ। ਮੰਗੇ ਮੰਗੇ ਸਿਰ ਸਭਾ ਦੇ ਵਿੱਚ ਮਰਦ ਤੇ ਬੀਬੀਆਂ ਸੰਗਤਾਂ ਬੈਠੀਆਂ ਨੇ, ਮੰਗੇ ਇਹਨਾਂ ਦੇ ਸਿਰ ਤੇ ਵੱਢ ਬੱਕਰੇ ਰਿਹਾ ਹੈ, ਗੁਰੂ ਤੇ ਝੂਠਾ ਕਰ ਦਿੱਤਾ ਇਹਨੇ। ਹੁਣ ਆਓ ਗੁਰੂ ਗ੍ਰੰਥ ਸਾਹਿਬ ਵੱਲ ਆਓ, ਦੀਨ ਦੁਨੀਆਂ ਦੇ ਮਾਲਕ ਤੋਂ ਪੁੱਛੀਏ ਵੀ ਕੀ ਗੁਰੂ ਝੂਠ ਬੋਲਦਾ ਹੈ? ਮੰਗੇ ਸਿਰ ਤੇ ਵੱਢੇ ਬੱਕਰੇ, ਆਓ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀਏ ਕੀ ਗੁਰੂ ਝੂਠ ਬੋਲਦਾ ਹੈ। ਮੈਂ ਫਿਰ ਕਹਿ ਦਵਾਂ, ਬੱਕਰੇ ਵੱਢੇ ਹੁੰਦੇ ਨਾ ਤੇ ਪੰਜਾਂ ਪਿਆਰਿਆਂ ਦੀ ਜਗ੍ਹਾ 80,000 ਬੰਦਾ ਤਿਆਰ ਹੋ ਜਾਣਾ ਸੀ ਵੀ ਅਸੀਂ ਸਿਰ ਦੇਣ ਲਈ ਤਿਆਰ ਹੈ। ਪਤਾ ਹੈ ਪਿਆਰੇ ਬਣਨਾ ਹੈ, ਸਿਰ ਬੱਕਰਿਆਂ ਦੇ ਲਾਹ ਦੇਣੇ ਨੇ, ਆਪਣਾ ਕੀ ਜਾਣਾ ਹੈ? ਟੌਰ ਵਾਧੂ ਦਾ ਵੀ ਬੜੇ ਦਲੇਰ ਨੇ। ਜਦੋਂ ਦੂਜਾ ਸਿਰ ਲੱਥਾ, ਤੀਜਾ ਲੱਥਾ, ਚੌਥਾ ਲੱਥਾ, ਪੰਡਾਲ ਤਕਰੀਬਨ ਹੀ ਖਾਲੀ ਹੋ ਗਿਆ ਵੀ ਗੁਰੂ ਨੂੰ ਕੀ ਹੋ ਗਿਆ ਹੈ, ਗੁਰੂ ਝੱਲਾ ਹੋ ਗਿਆ ਹੈ, ਕੁੱਲ ਕਾਇਨਾਤ ਨੂੰ ਸੁਰਤੀਆਂ ਬਿਰਤੀਆਂ ਬਖਸ਼ਣ ਵਾਲੇ ਗੁਰੂ ਨੂੰ ਕਹਿੰਦੇ ਝੱਲਾ ਹੋ ਗਿਆ ਹੈ। ਮੈਂ ਸੋਚਦਾ ਹਾਂ ਵੀ ਜਿੱਦਣ ਸਾਡੇ ਸਿਰ ਤੋਂ ਉਹਨੇ ਹੱਥ ਚੁੱਕ ਲਿਆ, ਝੱਲੇ ਅਸੀਂ ਹੋ ਜਾਣਾ ਹੈ, ਉਹ ਤੇ ਕਿਰਪਾ ਕਰਨ ਵਾਲਾ ਹੈ। ਬੱਕਰੇ ਵੱਢਣ ਦੀ ਹਾਮੀ ਭਰਨ ਵਾਲੇ, ਤਰਕ ਕਰਨ ਵਾਲੇ ਥੋੜਾ ਜਿਹਾ ਧਿਆਨ ਦੇਣ। ਤੁਸੀਂ ਬੜੇ ਸਕਾਲਰ ਬਣੇ ਫਿਰਦੇ ਹੋ, ਦੱਸ ਦਿਓ ਫਿਰ ਖਰੀਦੇ ਕਿੱਥੋਂ ਨੇ, ਮੁੱਲ ਕੀ ਸੀ, ਤੰਬੂ ਵਿੱਚ ਕਿੰਨੇ ਬੰਨੇ ਨੇ, ਇੱਕ ਤੰਬੂ ਸੀ ਜਾਂ ਪੰਜ ਤੰਬੂ ਸੀ, ਕੁਝ ਨਾ ਕੁਝ ਦੱਸੋ ਤੇ ਸਹੀ। ਫਿਰ ਇਹ ਵੀ ਕਹਿ ਦਿਓ ਵੀ ਉੱਥੇ ਇਕੱਠ ਵੀ ਬੱਕਰਿਆਂ ਦਾ ਸੀ, ਕਿਉਂਕਿ ਜਿਨ੍ਹਾਂ ਦੇ ਸਿਰ ਮੰਗੇ ਉਹਨਾਂ ਦੇ ਸਿਰ ਹੀ ਵੱਢੇਗਾ, ਗੁਆਂਢੀਆਂ ਦਾ ਸਿਰ ਲੈ ਲਿਆ ਹੈ ਵੱਢੀ ਦੂਜਿਆਂ ਦੇ ਜਾਵੇ ਤੇ ਹੋ ਨਹੀਂ ਸਕਦਾ। ਗੁਰੂ ਪਾਤਸ਼ਾਹ ਸਟੇਜ ਦੇ ਉੱਤੇ ਖਲੋਤੇ ਨੇ, ਗੁਰੂ ਦੀ ਕਰਨੀ ਨੂੰ ਮਾਮੂਲੀ ਸਿੱਖ ਬਣਾ ਕੇ ਉਹਦੇ ਨਾਲ ਤੁਲਨਾ ਨਾ ਦਿਓ, ਗੁਰੂ ਨੂੰ ਮਾਮੂਲੀ ਇਨਸਾਨ ਨਾ ਸਮਝੋ। ਦੀਨ ਦੁਨੀਆਂ ਦੇ ਮਾਲਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਗੁਰੂ ਦੀ ਤਾਕਤ ਇੰਨੀ ਹੈ, ਕਹਿੰਦੇ ਗੁਰ ਕੀ ਕਰਨੀ ਕਾਹੇ ਧਾਵੋ,
ਗੁਰੂ ਕੀ ਕਰਦਾ ਹੈ, ਗੁਰੂ ਦੀ ਕਰਨੀ ਦੇ ਪਿੱਛੇ ਭੱਜ ਨਾ, ਗੁਰੂ ਦੇ ਕੌਤਕ ਅਗਾਧ ਬੋਧ ਨੇ ਤੇਰੀ ਸੁਰਤੀ ਕੁੱਜਾ ਹੈ ਤੇ ਗੁਰੂ ਦੀ ਤਾਕਤ ਸਮੁੰਦਰ ਹੈ, ਤੈਨੂੰ ਸਮਝ ਨਹੀਂ ਆਵੇਗੀ ਵੀ ਗੁਰੂ ਕੀ ਕਰਦਾ ਹੈ, ਗੁਰੂ ਕੀ ਕਰ ਸਕਦਾ ਹੈ। ਗੁਰ ਕੀ ਕਰਨੀ ਕਾਹੈ ਧਾਵੋ, ਨਾਨਕ ਗੁਰਮਤ ਸਾਚ ਸਮਾਵੋ। ਗੁਰੂ ਦਾ ਉਪਦੇਸ਼ ਸੁਣ, ਹਿਰਦੇ ਚ ਵਸਾ, ਤੇਰਾ ਜੀਵਨ ਸਫਲਾ ਹੋ ਜਾਵੇ। ਗੁਰੂ ਦੇ ਕੌਤਕ, ਗੁਰੂ ਦੀ ਕਰਾਮਾਤ ਤੇ ਤਰਕ ਨਾ ਕਰ, ਤੇਰੇ ਬੰਦੇ ਸਮਝ ਵਿੱਚ ਨਹੀਂ ਆਵੇਗਾ। ਉਹ ਸਰਬੱਗ ਹੈ, ਤੂੰ ਅਲਪੱਗ ਕੀੜਾ ਹੈ, ਕਿੱਥੇ ਗੁਰੂ ਤੇ ਕਿੱਥੇ ਆਪਣੇ ਵਰਗਾ ਮਾਮੂਲੀ ਬੰਦਾ। ਗੁਰੂ ਗ੍ਰੰਥ ਸਾਹਿਬ ਨੇ ਇੱਕ ਐਲਾਨ ਕੀਤਾ ਹੈ, ਦਿਲ ਹੋ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਕੱਚੇ ਲੋਕ ਨੇ, ਝੂਠੇ ਲੋਕ ਨੇ ਤੇ ਕੱਚੇ ਝੜ ਜਾਂਦੇ ਨੇ। ਜਿਨ ਮਨ ਹੋਰ ਇੱਥੇ ਹੋਰ ਮੁਖ ਹੋਰ, ਜ਼ੁਬਾਨ ਤੇ ਸੀ ਵੀ ਮੈਂ ਸਿਰ ਲੈਣੇ ਨੇ, ਸਭਾ ਦੇ ਵਿੱਚੋਂ ਮੈਂ ਸਿਰ ਲੈਣੇ ਨੇ ਤੇ ਅੰਦਰ ਤੇ ਸੀ ਮੈਂ ਬੱਕਰੇ ਵੱਢਣੇ ਨੇ। ਇਹ ਤੇ ਕੱਚਾ ਹੋ ਗਿਆ, ਇਹ ਤੇ ਗੁਰੂ ਰਿਹਾ ਨਾ, ਇੱਥੇ ਪਹੁੰਚ ਰਹੇ ਨੇ ਲੋਕ। ਇਹ ਤੇ ਕੱਚਿਆਂ ਦੀ ਗੱਲ ਹੈ। ਗੁਰੂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਕਹਿੰਦੇ, ਮੈਨੂੰ ਝੂਠਾ ਬੰਦਾ ਚੰਗਾ ਨਹੀਂ ਲੱਗਦਾ, ਝੂਠ ਬੋਲਣ ਵਾਲਾ ਮੈਨੂੰ ਚੰਗਾ ਨਹੀਂ ਲੱਗਦਾ। ਜਿਹੜੇ ਵਾਕਿਆ ਹੀ ਖੁਦਾ ਦੀ ਮੁਹੱਬਤ ਵਿੱਚ ਨੇ, ਉਹਨਾਂ ਦੇ ਮਨ ਵਿੱਚ ਜੋ ਹੈ ਉਹ ਜ਼ੁਬਾਨ ਤੇ ਹੋਵੇਗਾ। ਕਿ ਸੁਖਮਣੀ ਨਹੀਂ ਪੜ੍ਹਦੇ ਤੁਸੀਂ? ਸੁਖਮਣੀ ਸਾਹਿਬ ਪੜ੍ਹਿਓ। ਗੁਰੂ ਪਾਤਸ਼ਾਹ ਗੁਰੂ ਅਰਜਨ ਸਾਹਿਬ ਕਹਿੰਦੇ, ਮੈਨੂੰ ਪਤਾ ਕਿਹੜਾ ਚੰਗਾ ਲੱਗਦਾ, ਬ੍ਰਹਮ ਦਾ ਗਿਆਨ ਪਤਾ ਕਿਸ ਨੂੰ ਹੈ, ਬ੍ਰਹਮ ਗਿਆਨੀ ਪਤਾ ਕੌਣ ਹੈ, ਮਹਾਂਪੁਰਸ਼ ਪਤਾ ਕੌਣ ਹੈ। ਮਨ ਸਾਚਾ ਮੁਖ ਸਾਚਾ ਸੋਏ, ਜੋ ਮਨ ਵਿੱਚ ਹੋਵੇ ਉਹ ਮੁਖ ਤੇ ਹੋਵੇ। ਜਿਨ ਮਨ ਹੋਰ, ਤੇ ਜਿਨ੍ਹਾਂ ਦੇ ਮਨ ਵਿੱਚ ਕੁਝ ਹੋਵੇ ਹੋਰ ਤੇ ਮੁਖ ਵਿੱਚ ਹੋਰ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ, ਉਹ ਤੇ ਕੱਚਾ ਹੈ, ਉਹ ਤੇ ਝੂਠਾ ਹੈ, ਉਹਨੂੰ ਤੇ ਇੱਦਾਂ ਦਾ ਪਸੰਦ ਹੀ ਨਹੀਂ, ਤੇ ਤੂੰ ਗੁਰੂ ਨੂੰ ਝੂਠਾ ਕਹਿ ਦਿੱਤਾ। ਮੰਗੇ ਸਿਰ ਤੇ ਵੱਡੇ ਬੱਕਰੇ, ਮਨੁੱਖਤਾ ਦੀ ਸਭਾ ਵਿੱਚ ਬੈਠਾ, ਇਨਸਾਨੀਅਤ ਦੀ ਸਭਾ ਵਿੱਚ ਬੈਠਾ, ਔਰਤਾਂ ਮਰਦਾਂ ਦੀ ਸਭਾ ਵਿੱਚ ਬੈਠਾ, ਸੰਗਤ ਵਿੱਚ ਬੈਠਾ, ਮੰਗੇ ਸਿਰ ਤੇ ਵੱਡੇ ਬੱਕਰੇ, ਗੁਰੂ ਤੇ ਝੂਠਾ ਕਰ ਦਿੱਤਾ। ਤੂੰ ਕਲਗੀਧਰ ਨੂੰ ਪੁੱਛ ਲਈਏ ਵੀ ਤੁਹਾਨੂੰ ਕਿੱਦਾਂ ਦਾ ਬੰਦਾ ਚੰਗਾ ਲੱਗਦਾ ਹੈ? ਕਹਿੰਦੇ, ਹਾਮੂ ਮਰਦ ਬਾਇਦ ਸ਼ਬਦ ਸੁਖ ਨਵਰ, ਨਾ ਸ਼ਿਕਮੇ ਦੇ ਗਰ ਦਰਦ ਹਾਨੇ ਦੇ ਗਰ। ਮਰਦ ਉਹ ਹੈ ਜਿਹਦੇ ਢਿੱਡ ਵਿੱਚ ਜੋ ਬੋਲਣੇ ਉਹੀ ਜ਼ੁਬਾਨ ਤੇ ਹੋਣ, ਜੇ ਢਿੱਡ ਵਿੱਚ ਕੁਝ ਹੋਰ ਤੇ ਜ਼ੁਬਾਨ ਤੇ ਗੱਲਾਂ ਹੋਰ ਨੇ, ਕਹਿੰਦੇ ਮੈਂ ਉਹਨੂੰ ਮਰਦ ਹੀ ਨਹੀਂ ਸਮਝਦਾ। ਤੇ ਫਿਰ ਤੁਸੀਂ ਕਿਵੇਂ ਕਹਿ ਦਿੱਤਾ ਵੀ ਗੁਰੂ ਦੇ ਢਿੱਡ ਵਿੱਚ ਤੇ ਅਸੀਂ ਬੱਕਰੇ ਵੱਢਾਂਗੇ ਤੇ ਸਿਰ ਜ਼ੁਬਾਨ ਨਾਲ ਸਿੰਘਾਂ ਦੇ ਮੰਗ ਰਿਹਾ ਹੋਵੇ? ਸਾਨੂੰ ਇੱਕ ਐਲਾਨ ਕੀਤਾ ਹੈ, ਸ਼ਬਦ ਗੁਰੂ ਤੋਂ ਪੁੱਛ ਰਹੇ ਹਾਂ ਆਪਾਂ। ਕੱਲ ਨੂੰ ਕੋਈ ਆਖੇ ਇਤਿਹਾਸ ਸੁਣਾ ਦਿੱਤਾ ਝੂਠਾ ਸੱਚਾ, ਇਤਿਹਾਸ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਮੋਹਰ ਲਾ ਕੇ ਸਮਾਪਤੀ ਕਰਨੀ ਹੈ ਆਪਾਂ, ਤੇ ਫਿਰ ਜਿਹੜਾ ਇਤਿਹਾਸ ਤੇ ਤਰਕ ਕਰੇਗਾ ਉਹ ਸਿੱਧਾ ਗੁਰੂ ਦਾ ਵੈਰੀ ਹੈ, ਕਿਉਂਕਿ ਬਾਣੀ ਬਾਣੀ ਤੋਂ ਪੁੱਛਾਂਗੇ ਵੀ ਇਹ ਹੋ ਸਕਦਾ ਕਿ ਨਹੀਂ। ਤੇ ਮੈਂ ਥੋੜੀ ਕਹਿ ਰਿਹਾ ਵੀ ਜਿਹੜਾ ਝੂਠਾ ਬੰਦਾ ਹੈ ਉਹਦੇ ਪੱਲੇ ਕੱਖ ਨਹੀਂ ਹੈ। ਮੈਂ ਨਹੀਂ ਕਿਹਾ ਵੀ ਝੂਠੇ ਦੇ ਪੱਲੇ ਨਹੀਂ ਕੱਖ, ਇਹ ਤੇ ਗੁਰੂ ਕਹਿੰਦਾ ਹੈ, ਝੂਠੇ ਨੂੰ ਸਜ਼ਾ ਹੈ ਗੁਰੂ ਕਹਿੰਦਾ ਹੈ।
ਝੂਠਾ ਕੱਚਾ ਬੰਦਾ ਹੈ ਤੇ ਗੁਰੂ ਕਹਿੰਦਾ ਹੈ ਬੋਲੀ ਹੈ ਸੱਚ। ਇਹ ਹੋਕਾ ਦਿੱਤਾ ਹੈ ਗੁਰੂ ਨੇ, ਗਾਤਰੇ ਪਾਲਾ, ਪੰਜ ਕਕਾਰ ਪਾਲਾ, ਅੰਮ੍ਰਿਤ ਛਕ ਲਾ, ਜੇ ਅੰਦਰ ਇਹ ਕਰਤੂਤ ਨਹੀਂ ਹੈ ਤੇ ਫਿਰ ਵੀ ਸਫਲਤਾ ਨਹੀਂ ਹੈ, ਬੋਲੀ ਹੈ ਸੱਚ। ਤੇ ਜੇ ਕੱਲਾ ਹੀ ਸੱਚ ਬੋਲੀ ਜਾਵੇ, ਕਕਾਰ ਨਾ ਪਾਵੇ ਤੇ ਪੱਲੇ ਫਿਰ ਵੀ ਕੱਖ ਨਹੀਂ ਹੈ। ਇਹ ਪਤਾ ਕਿੰਨਾ, ਸਕੂਲ ਵਿੱਚ ਗਿਆ, ਵਰਦੀ ਪਾ ਲਈ ਤੇ ਜਾ ਕੇ ਪੜ੍ਹਾਈ ਨਹੀਂ ਕੀਤੀ, ਤੇ ਜਦੋਂ ਪੜ੍ਹਿਆ ਨਹੀਂ ਤੇ ਫੇਲ ਹੋ ਗਿਆ, ਕੰਨੋਂ ਫੜ ਕੇ ਸਕੂਲੋਂ ਬਾਹਰ। ਤੇ ਇੱਕ ਘਰ ਬੈਠਾ ਕਹਿੰਦਾ ਵਰਦੀ ਨਹੀਂ ਪਾਉਣੀ, ਮੈਂ ਘਰ ਹੀ ਕਿਤਾਬਾਂ ਪੜ੍ਹ ਕੇ ਪਾਸ ਹੋ ਜਾਵਾਂ ਤੇ ਪੇਪਰ ਕਿੰਨੇ ਲੈਣੇ ਨੇ ਤੇਰੇ, ਬੈਠਾ ਰਹਿ ਘਰ। ਵਰਦੀ ਵੀ ਜ਼ਰੂਰੀ ਹੈ, ਬਾਣਾ ਵੀ ਜ਼ਰੂਰੀ ਹੈ ਤੇ ਬਾਣੀ ਵੀ ਜ਼ਰੂਰੀ ਹੈ, ਪੜ੍ਹਾਈ ਵੀ ਜ਼ਰੂਰੀ ਹੈ, ਜੇ ਪਾਸ ਹੋਣਾ ਹੀ ਭਵ ਸਾਗਰ ਤੋਂ। ਤੇ ਕਿਹਾ ਤੇ ਹੈ ਬਾਣੀ, ਬਾਣਾ ਪੰਖ ਪਛਾਣੋ ਸਿੰਘ ਗੁਰੂ ਕਾ, ਪੰਛੀ ਜਾਣੋ ਦੋ ਖੰਭ ਨੇ ਸਿੱਖ ਦੇ ਬਾਣੀ ਤੇ ਬਾਣਾ। ਜੇ ਬਾਣੀ ਨਹੀਂ ਕੱਲਾ ਬਾਣਾ ਹੈ ਤੇ ਭੇਖੀ ਹੈ, ਤੇ ਜੇ ਬਾਣੀ ਹੈ ਬਾਣਾ ਨਹੀਂ ਤੇ ਫਿਰ ਤੇਰਾ ਪਹਿਚਾਣ ਚਿੰਨ੍ਹ ਕੋਈ ਨਹੀਂ ਹੈ ਵੀ ਤੂੰ ਗੁਰੂ ਗੋਬਿੰਦ ਸਿੰਘ ਦਾ ਸਿੰਘ ਹੈ। ਯਾਦ ਰੱਖ ਇਸ ਗੱਲ ਨੂੰ। ਕਲਗੀਧਰ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਤੇ ਆਖ ਰਹੇ ਸਨ ਬੋਲੀਐ ਸੱਚ, ਧਰਮ ਝੂਠ ਨਾ ਬੋਲੀਐ, ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਜੋ ਗੁਰ ਦੱਸੈ ਵਾਤ ਮੁਰੀਦਾ ਜੋਲੀਐ। ਹੇ ਮੁਰੀਦ, ਹੇ ਫਕੀਰ, ਗੁਰੂ ਦੇ ਪਦ ਕਦਮਾਂ ਤੇ ਚੱਲਣਾ ਹੈ, ਮੁਰੀਦ ਬਣਨਾ ਹੈ, ਉਹਦੇ ਰਸਤੇ ਤੇ ਚੱਲਣਾ ਹੈ, ਤੇ ਉਹਦਾ ਰਸਤਾ ਇਹ ਹੈ ਵੀ ਤੂੰ ਸੱਚ ਬੋਲਣਾ ਹੈ, ਕਦੇ ਝੂਠ ਤੇਰੀ ਜ਼ੁਬਾਨ ਤੇ ਨਹੀਂ ਆਉਣਾ ਚਾਹੀਦਾ। ਬੋਲੀਐ ਸੱਚ, ਧਰਮ ਝੂਠ ਨਾ ਬੋਲੀਐ, ਸਾਨੂੰ ਤੇ ਸਿਖਾਵੇ ਵੀ ਸੱਚ ਬੋਲੋ ਤੇ ਆਪ ਸਟੇਜ ਤੇ ਝੂਠ ਕਿੱਦਾਂ ਮਾਰਤਾ ਗੁਰੂ ਨੇ, ਦੱਸੋ ਫਿਰ ਤੁਸੀਂ। ਸਾਨੂੰ ਆਖੇ ਵੀ ਝੂਠ ਨਹੀਂ ਬੋਲਣਾ, ਸੱਚ ਬੋਲਣਾ ਹੈ, ਜੇ ਸੱਚ ਦੀ ਖੁਦਾ ਦੀ ਪ੍ਰਾਪਤੀ, ਪ੍ਰਭੂ ਦੀ, ਵਾਹਿਗੁਰੂ ਦੀ ਪ੍ਰਾਪਤੀ ਕਰਨੀ ਹੈ, ਸੱਚ ਬੋਲਣਾ ਹੈ, ਆਪ ਸਟੇਜ ਤੇ ਖਲੋਤਾ ਹੈ, ਤਖ਼ਤ ਤੇ ਖਲੋਤਾ, ਝੂਠ ਬੋਲ ਰਿਹਾ ਹੈ, ਹੁਣ ਇਹ ਨਿਰਣਾ ਤੁਸੀਂ ਕਰਨਾ ਹੈ ਵੀ ਮੇਰੇ ਵਰਗਾ ਕੋਈ ਮਾਮੂਲੀ ਨਾਚੀਜ਼ ਬੰਦਾ ਸਟੇਜ ਤੇ ਬੈਠਾ ਕੁਫਰ ਤੋਲ ਰਿਹਾ ਹੈ ਕਿ ਵਾਕਿਆ ਹੀ ਕਲਗੀਧਰ ਨੇ ਝੂਠ ਬੋਲਿਆ। ਇਹ ਫੈਸਲਾ ਤੁਸੀਂ ਕਰਨਾ ਹੈ। ਮੈਂ ਹੈਰਾਨ ਰਹਿ ਜਾਂਦਾ, ਐਡੀ ਵੱਡੀ ਸਭਾ ਵਿੱਚ ਬਹਿ ਕੇ ਕਥਾ ਕਰਦਿਆਂ ਜੀ ਬੱਕਰੇ ਵੱਡੇ ਸਨ ਅਖੇ, ਇਹਨੂੰ ਬੰਦਾ ਪੁੱਛੇ ਉਹ ਚੰਮ ਦੇ ਲਿਫਾਫੇ ਟਕੇ ਟਕੇ ਬਦਲੇ ਝੂਠ ਬੋਲਣ ਵਾਲੇ, ਤੂੰ ਸਾਡੇ ਗੁਰੂ ਨੂੰ ਝੂਠਾ ਕਹਿ ਗਿਆ ਸਟੇਜ ਤੇ ਖਲੋ ਕੇ, ਮੰਗੇ ਸਿਰ ਤੇ ਵੱਡੇ ਬੱਕਰੇ, ਇਹ ਕਲਗੀਧਰ ਵਰਗਾ ਗਾਂਢੀਵ ਸੂਰਮਾ ਨਹੀਂ ਕਰ ਸਕਦਾ। ਇਹ ਤਾਂ ਕੋਈ ਬੁਜਦਿਲ ਬੰਦੇ ਦਾ ਕੰਮ ਹੈ, ਗੱਲਾਂ ਜ਼ੁਬਾਨ ਤੇ ਹੋਰ ਨੇ, ਢਿੱਡ ਵਿੱਚ ਹੋਰ ਨੇ। ਗੁਰੂ ਤੇ ਕਹਿੰਦਾ ਹੈ ਮੇਰਾ ਸਿੱਖ ਹੀ ਉਹ ਹੈ, ਬੋਲੀਐ ਸੱਚ, ਫਿਰ ਪੜ੍ਹ ਦਿਓ, ਬੋਲੀਐ ਸੱਚ, ਧਰਮ ਝੂਠ ਨਾ ਬੋਲੀਐ, ਤੇ ਗੁਰੂ ਕਿੱਦਾਂ ਫਿਰ ਝੂਠ ਮਾਰ ਸਕਦਾ ਹੈ? ਤੁਸੀਂ ਫੈਸਲਾ ਕਰ ਲਵੋ, ਤੇ ਜਾਂ ਫਿਰ ਮੇਰੇ ਵਰਗਾ ਪ੍ਰਚਾਰਕ ਗੱਪਾਂ ਵੱਢਦਾ ਜਿਹੜਾ ਕਹਿੰਦਾ ਬੱਕਰੇ ਵੱਢੇ ਨੇ। ਥੋੜਾ ਧਿਆਨ ਦਿਓ, ਸਿਰ ਦਿੱਤੇ ਲਾ, ਪੰਜਾਂ ਦੇ ਸਿਰ ਦਿੱਤੇ ਲਾ, ਪੰਡਾਲ ਖਾਲੀ ਜਿਹਾ ਹੋ ਗਿਆ, ਸਾਰੇ ਪੰਡਾਲ ਚੋਂ ਦੌੜ ਗਏ ਨੇ, ਤੇ ਦੀਨ ਦੁਨੀਆ ਦੇ ਮਾਲਕ ਨੇ ਆਬੇ ਹਯਾਤ ਦੇ ਛਿੱਟੇ ਮਾਰੇ ਛਿੱਟੇ। ਉਹ ਖੰਡੇ ਖੰਡੇ ਬਾਟੇ ਦਾ ਅੰਮ੍ਰਿਤ ਬਣਾਇਆ, ਬਾਟਾ ਲੈ ਲਿਆ ਸਰਬਲੋ ਦੇ ਬਾਟੇ ਵਿੱਚ, ਉੱਥੋਂ ਪਾਣੀ ਲੈ ਕੇ ਪਾ ਲਿਆ, ਪਾਣੀ ਸੀ ਨਾ ਅੰਮ੍ਰਿਤ ਦੇ ਬਾਅਦ ਵਿੱਚ ਬਾਣੀ ਨੇ ਬਣਾਉਣਾ, ਉੱਥੋਂ ਜਲ ਲੈ ਕੇ ਪਾ ਲਿਆ,
ਪੜ੍ਹ ਕੇ ਪੰਜ ਬਾਣੀਆਂ ਜਪ ਜਾਪ ਸਵਈਏ ਚੌਪੀ ਆਨੰਦ ਸੋ ਪਾਠ ਸੋ ਪਾਹੁਲ ਤਿਆਰ ਕਰੀ ਜੈ ਜਿਹੜੇ ਕਹਿੰਦੇ ਪੰਜ ਬਾਣੀਆਂ ਨਹੀਂ ਪੜ੍ਹੀਆਂ ਅਸੀਂ ਜੀ ਗੁਰੂ ਗ੍ਰੰਥ ਸਾਹਿਬ ਨੇ ਹੀ ਅੰਮ੍ਰਿਤ ਬਣਾਇਆ ਕਰਨਾ ਹੈ ਉਹ ਕੀ ਗੁਰੂ ਗੋਬਿੰਦ ਸਿੰਘ ਨੂੰ ਸਿਆਣੇ ਨੇ ਅਖੇ ਜੀ ਕਿਤੇ ਇਤਿਹਾਸ ਚ ਮਿਲਦਾ ਨਹੀਂ ਹੈ ਮੈਂ ਦੱਸਾਂ ਕਿੱਥੇ ਮਿਲਦਾ ਹੈ ਰੰਗਰੇਟਾ ਗੁਰੂ ਕਾ ਬੇਟਾ ਬਾਬਾ ਜੈਤਾ ਬਾਬਾ ਜੀਵਨ ਸਿੰਘ ਉਹਨੇ ਅੰਮ੍ਰਿਤ ਬਿੱਧ ਲਿਖੀ ਹੈ ਉਹਨੇ ਜੋ ਅੱਖਾਂ ਨਾਲ ਸੀਨ ਵੇਖਿਆ ਹੈ ਪਰ ਉਹਦੀ ਅੰਮ੍ਰਿਤ ਬਿੱਧ ਦੀ ਰਚਨਾ ਵਿੱਚ ਜ਼ਿਕਰ ਮਿਲਦਾ ਹੈ ਹੁਣ ਦਿਓ ਧਿਆਨ ਦਿਓ ਵੀ ਕਿਹੜੀਆਂ ਕਿਹੜੀਆਂ ਬਾਣੀਆਂ ਪੜ੍ਹੀਆਂ ਅੰਮ੍ਰਿਤ ਬਣਾਉਣ ਲਈ ਜਪ ਜਾਪ ਸਵਈਏ ਚੌਪੀ ਆਨੰਦ ਸੋ ਜਪ ਜਪਜੀ ਸਾਹਿਬ ਜਾਪ ਜਾਪ ਸਾਹਿਬ ਸਵਈਏ ਤੋਇ ਪ੍ਰਸਾਦ ਸਵਈਏ ਚੌਪਈ ਜਾਣਦੇ ਹੀ ਹੋ ਆਨੰਦ ਸੋ ਜਪ ਜਾਪ ਸਵਈਏ ਚੌਪੀ ਆਨੰਦ ਸੋ ਪਾਠ ਸੋ ਪਾਹੁਲ ਤਿਆਰ ਕਰੀ ਜੈ ਇਹਦੇ ਨਾਲ ਪਾਹੁਲ ਤਿਆਰ ਕੀਤਾ ਹੈ ਪਤਾਸੇ ਪਾ ਕੇ ਜਲ ਦੇ ਵਿੱਚ ਦੇ ਖੰਡਾ ਫੇਰਿਆ ਗਿਆ ਪੰਜ ਬਾਣੀਆਂ ਪੜ੍ਹ ਕੇ ਆਬੇ ਹਯਾਤ ਬਣਾ ਕੇ ਆਓ ਪੰਜ ਸਿਰ ਲੱਥੇ ਪਏ ਨੇ ਆਓ ਪੰਜ ਧੜਾਂ ਨਾਲੋਂ ਜੁਦਾ ਹੋਏ ਪਏ ਨੇ ਲੈ ਕੇ ਨਾਨਕ ਨਿਰੰਕਾਰੀ ਦਾ ਨਾਮ ਲੈ ਕੇ ਆਪਣੇ ਨਿਰਗੁਣ ਸਰੂਪ ਪ੍ਰਭੂ ਪਰਮਾਤਮਾ ਦਾ ਨਾਮ ਉਹ ਛਿੱਟੇ ਜਦੋਂ ਮਾਰੇ ਪੰਜਾਂ ਦੇ ਤੇ ਪੰਜਾਂ ਦੇ ਧੜਾਂ ਨਾਲ ਸਿਰ ਜੁੜ ਗਏ ਤੇ ਪੰਜੇ ਸੁਰਜੀਤ ਹੋ ਕੇ ਗੱਜ ਵੱਜ ਕੇ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਓ ਬਾਣੀ ਨੂੰ ਪੁੱਛਿਓ ਵੀ ਬਾਬਾ ਗੱਪਾਂ ਵੱਢੀ ਜਾਂਦਾ ਹੈ ਕਿ ਇਹ ਸੱਚਾਈ ਵੀ ਹੈ ਧੜਾਂ ਨਾਲ ਸਿਰ ਜੁੜ ਜਾਂਦੇ ਨੇ ਜੇ ਇੱਥੇ ਹੀ ਫਤਿਹ ਬਜਾ ਕੇ ਮੈਂ ਚਲਾ ਜਾਵਾਂ ਤੁਸੀਂ ਆਖਣਾ ਗੱਪਾਂ ਵੱਢੀ ਜਾਂਦਾ ਕਿਤੇ ਸਿਰ ਵੀ ਜੁੜਦੇ ਨੇ ਸ਼ਬਦ ਗੁਰੂ ਤੋਂ ਪੁੱਛ ਲਈਏ ਸਮਾਪਤੀ ਕਰਨ ਤੋਂ ਪਹਿਲਾਂ ਸਾਡੇ ਕੋਲ ਤੇ ਨਹੀਂ ਕੁਛ ਜੁੜਦਾ ਤੇ ਨਾ ਜੁੜਨਾ ਹੀ ਹੈ ਬੰਦੇ ਦੀ ਤੇ ਔਕਾਤ ਇੰਨੀ ਕੀ ਹੈ ਤੇ ਜਿਹੜੇ ਆ ਫੂਕਾਂ ਫਾਕਾਂ ਮਾਰਦੇ ਨਾ ਕੰਨਾਂ 'ਚ ਵੀ ਸਾਡੇ 'ਚ ਬੜੀ ਕਰਾਮਾਤ ਹੈ ਦੁੱਖ ਕੱਟ ਦਿਆਂਗੇ ਤਕਲੀਫਾਂ ਕੱਟ ਦਿਆਂਗੇ ਜੋਤਾਂ ਵਿਖਾ ਦਿਆਂਗੇ ਰੱਬ ਮਿਲਾ ਦਿਆਂਗੇ ਆਪਦੀ ਬੇੜੀ 'ਚ ਏਡੇ ਛੇਕ ਨੇ ਥੋੜੇ ਦਿਨ 'ਤੇ ਹੀ ਹੋਏ ਇੱਕ ਦੀ ਡੁੱਬੀ ਕਿ ਨਹੀਂ ਡੁੱਬੀ ਇਹਨਾਂ ਦੀ ਤੇ ਆਪਦੀ ਬੇੜੀ ਡੁੱਬੀ ਹੈ ਤੇ ਤੁਹਾਡੀ ਬੰਨੇ ਕੀ ਲਾਉਣਗੇ ਦਾਸ ਦਾ ਸੁਭਾਅ ਹੈ ਵੀ ਬਹੁਤਾ ਨਾਂ ਨਹੀਂ ਲੈਂਦਾ ਹੁੰਦਾ ਮੈਂ ਕਿਉਂਕਿ ਜੇ ਦੁਸ਼ਮਣ ਨੂੰ ਖਤਮ ਕਰਨਾ ਹੈ ਤੇ ਉਹਦਾ ਨਾਮ ਲੈਣਾ ਛੱਡ ਦਿਓ ਜਿਹੜੇ ਬੰਦੇ ਦਾ ਵਜੂਦ 500 ਵਿੱਚ ਹੈ ਅਸੀਂ ਕਈ ਵਾਰ 50,000 ਤੱਕ ਗੱਲ ਉਹਦੀ ਕਰ ਦਿੰਦੇ ਹਾਂ ਉਹ ਫਿਰ ਵੇਖਣ ਜਾਂਦੇ ਵੀ ਇਹਦੇ ਅਖੌਤੀ ਸਾਹਿਬ ਦੇ ਅਖੌਤੀ ਡੇਰੇ ਤੇ ਵੇਖੀਏ ਕੀ ਹੈ ਉਹ 5-7 ਹਜ਼ਾਰ ਬੰਦਾ ਜਾਂਦਾ 2-4 ਹਜ਼ਾਰ ਫਸ ਜਾਂਦਾ ਅਸੀਂ ਆਪੇ ਹੀ ਉਹਦੀ ਬੱਲੇ ਬੱਲੇ ਕਰਾ ਬਹਿੰਦੇ ਹਾਂ ਤੇ ਸਮਝ ਤੁਸੀਂ ਗਏ ਹੋ ਵੀ ਪਿੱਛੇ ਜੇ ਬੇੜੀ ਕਿਹਦੀ ਡੁੱਬੀ ਹੈ ਲੋਕਾਂ ਨੂੰ ਤਾਰਨ ਦੇ ਦਾਅਵੇ ਕਰਨ ਵਾਲੇ ਆਪ ਡੁੱਬ ਜਾਂਦੇ ਨੇ ਇੱਕੋ ਹੀ ਬੇੜਾ ਬੰਨੇ ਲਾਉਣ ਵਾਲਾ ਹੈ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੈ ਸੋ ਤਰੇ ਪਰ ਰੱਬ ਦਾ ਵਾਸਤਾ ਹੀ ਕਿਸੇ ਦੀ ਬੰਦਗੀ ਹੈ ਤੇ ਸੰਤ ਸਮਝ ਕੇ ਸਤਿਕਾਰ ਕਰ ਲੈ ਪਰ ਗੁਰੂ ਸਾਡਾ ਕੇਵਲ ਗੁਰੂ ਗ੍ਰੰਥ ਸਾਹਿਬ ਹੀ ਹੈ ਗੁਰੂ ਦਾ ਰੁਤਬਾ ਅਸੀਂ ਤੇ ਏਦਾਂ ਤਗਮੇ ਵੰਡਦੇ ਹਾਂ ਜਿੱਦਾਂ ਸਾਡੇ ਬਣਾਏ ਗੁਰੂ ਹੀ ਬਣਦੇ ਦੁਨੀਆਂ ਤੇ ਦੀਨ ਦੁਨੀਆਂ ਦੇ ਮਾਲਕ ਨੇ ਕੀ ਸਿਰ ਜੋੜੇ ਨੇ ਕਿ ਨਹੀਂ ਆਓ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀਏ ਤਾਕਤਾਂ ਗੁਰੂ ਵਿੱਚ ਨੇ ਕਹਿੰਦੇ ਮ੍ਰਿਤਕ ਕੋ ਪਾਇਓ ਤਨ ਸਾਸਾ ਮ੍ਰਿਤਕ ਕਹੋ ਪਾਇਓ ਤਨ ਸਾਸਾ ਬਿਸ਼ਰਤ ਆਨ ਮਿਲਾਇਆ ਇਹ ਧਿਆਨ ਦਿਓ ਹੁਣ ਪੰਕਤੀਆਂ ਬਹੁਤ ਨੇ ਪਰ ਮੈਂ ਇੱਕ ਦੋ ਹੀ ਸਾਂਝੀਆਂ ਕਰਾਂ ਉਹ ਕਹਿੰਦੇ ਜੀ ਅਸੀਂ ਜਾਗਰੂਕ ਸਿੱਖ ਹਾਂ ਮੈਂ ਹੈਰਾਨ ਰਹਿ ਜਾਂਦਾ ਵੀ ਗੁਰੂ ਦੀ ਬਾਣੀ ਕੱਟਣ ਵਾਲੇ
ਇਤਿਹਾਸ ਕੱਟਣ ਵਾਲੇ, ਖੰਡੇ ਦੀ ਪੌਲ ਕੱਟਣ ਵਾਲੇ ਇਹ ਜਾਗਰੂਕ ਨੇ ਕਿ ਕੌਮ ਨੂੰ ਸੁਣਾ ਰਹੇ ਨੇ? ਜਾਗਰੂਕ ਤੇ ਉਹ ਹੋਣਾ ਚਾਹੀਦਾ ਜਿਹੜਾ ਇਤਿਹਾਸ ਤੇ ਬਾਣੀ ਤੇ ਖੰਡੇ ਦੀ ਪੌਲ ਨਾਲ ਜੋੜੇ। ਇਹ ਪੰਜ ਕਕਾਰ ਲਵਾ ਕੇ ਇਹ ਜਨੇਊ ਪਾਉਣ ਵਾਲੇ ਜਾਗਰੂਕ ਕਿੱਦਣ ਦੇ ਹੋ ਗਏ ਨੇ? ਮੈਂ ਹੈਰਾਨ ਰਹਿ ਜਾਣਾ। ਦੀਨ ਦੁਨੀਆਂ ਦੇ ਮਾਲਕ ਨੇ, ਅਰਥ ਅਰਥ ਜੋ ਝੋਲੀ ਪਾਏ ਨੇ ਤੁਹਾਡੇ ਨਾਲ ਸਾਂਝੇ ਕਰਾਂ। ਔਰ ਇਹ ਅੰਤ ਨਹੀਂ ਹੈ ਬਾਣੀ ਦਾ ਵੀ ਜਿਹੜੇ ਮੈਂ ਅਰਥ ਕੀਤੇ ਉਹੀ ਨੇ, ਹੋਰ ਹੈ ਕੋਈ ਨਹੀਂ। ਇਹ ਸਮੁੰਦਰ ਹੈ, ਇੱਕ ਅੱਧਾ ਮੋਥੀ ਹੱਥ ਲੱਗਾ ਹੈ ਤੁਹਾਡੇ ਨਾਲ ਸਾਂਝਾ ਕਰ ਲਵਾਂ। ਇਹਦੇ ਸਮੁੰਦਰ ਦਾ ਕੋਈ ਅੰਤ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦਾ। ਦਾਵਾ ਕਰਨ ਵਾਲਾ ਝੂਠਾ ਹੈ। ਬੇਅੰਤ ਦੀ ਬਾਣੀ ਤੇ ਦਾਵਾ ਨਹੀਂ ਕੀਤਾ ਜਾ ਸਕਦਾ ਵੀ ਜੋ ਅਰਥ ਮੈਂ ਕਰ ਦਿੱਤੇ ਉਹੀ ਨੇ, ਹੋਰ ਕੋਈ ਨਹੀਂ। ਜਿਹਦਾ ਕੋਈ ਆਰ ਨਹੀਂ, ਪਾਰ ਨਹੀਂ, ਉਰਵਾਰ ਨਹੀਂ, ਪਾਰਾਵਾਰ ਨਹੀਂ, ਜਿਹੜਾ ਪਾਰ ਬ੍ਰਹਮ ਹੈ, ਸਭ ਤੋਂ ਪਰੇ ਹੈ, ਉਹਦੇ ਬੋਲਾਂ ਦੇ ਅਰਥ ਇੱਕ ਮਾਮੂਲੀ ਬੰਦਾ ਆਪਣੇ ਵਰਗਾ ਕਿਵੇਂ ਕਰ ਸਕਦਾ ਹੈ? ਅਸੀਮ ਦੇ ਬੋਲ ਨੇ, ਸਰਬੱਗ ਦੇ ਬੋਲ ਨੇ, ਅਲਪੱਗ ਬੰਦਾ ਕਿੰਨੇ ਅਰਥ ਸਹੀ ਕਰੇਗਾ? ਹਾਂ, ਯਤਨ ਜ਼ਰੂਰ ਹੁੰਦਾ ਹੈ। ਇਹ ਕਹਿੰਦੇ ਨੇ, ਮੈਂ ਕਹਿ ਜੀ ਦੇ ਅਰਥ ਕੀ ਨੇ? ਮ੍ਰਿਤਕ ਕੋ ਪਾਇਓ ਤਨ ਸਾਸਾ ਵਿਸ਼ਰਤ ਆਨ ਮਿਲਾਇਆ। ਕਹਿੰਦੇ ਜੀ ਜਿਹੜਾ ਪੂਰਾ ਗੁਰੂ ਹੈ ਨਾ, ਅਧਿਆਤਮਕ ਤੌਰ ਤੇ ਬੰਦਾ ਵਿਕਾਰਾਂ ਵਿੱਚ ਮਰ ਚੁੱਕਿਆ ਹੈ, ਕਾਮ ਕ੍ਰੋਧ ਵਿੱਚ ਮਰ ਚੁੱਕਿਆ ਹੈ, ਤੇ ਗੁਰੂ ਦੀ ਬਾਣੀ ਉਹਨੂੰ ਅੰਤਰੀਵ ਤੌਰ ਤੇ ਸੁਰਜੀਤ ਕਰ ਦਿੰਦੀ ਹੈ। ਇਹ ਜਾਗਰੂਕ ਦਾ ਅਰਥ ਹੈ। ਪਤਾ ਨਹੀਂ ਉਹਨਾਂ ਨੂੰ ਕਿਉਂ ਜਾਗੇ ਨੇ, ਮੂੰਹੋਂ ਹੀ ਕਹਿੰਦੇ ਨੇ, ਹੋਰ ਤੇ ਕੋਈ ਕਹਿੰਦਾ ਨਹੀਂ ਜਾਗੇ ਨੇ। ਅੱਛਾ, ਜੇ ਤੇ ਇੱਥੇ ਹੁੰਦਾ ਹੈ ਤਨ ਦੀ ਜਗ੍ਹਾ ਤੇ ਮਨ, ਇੱਥੇ ਲਫ਼ਜ਼ ਕੀ ਹੈ? ਮ੍ਰਿਤਕ ਕੋ ਪਾਇਓ ਤਨ ਸਾਸਾ, ਮਨ ਸਾਸਾ ਨਹੀਂ ਹੈ। ਵਿਕਾਰ ਮਨ ਚੋਂ ਪੈਦਾ ਹੁੰਦੇ ਨੇ, ਵਿਕਾਰਾਂ ਦੀ ਮਾਰ ਨਾਲ ਮਨ ਮਰ ਰਿਹਾ ਹੈ। ਜੇ ਇੱਥੇ ਲਫ਼ਜ਼ ਹੁੰਦਾ ਮਨ ਸਾਸਾ, ਵਿਕਾਰਾਂ ਦੀ ਅੱਗ ਵਿੱਚ ਖਤਮ ਹੋ ਚੁੱਕਿਆ ਮਨ, ਵਿਕਾਰਾਂ ਦੇ ਜ਼ਹਿਰ ਵਿੱਚ ਡੁੱਬ ਚੁੱਕਿਆ ਮਨ, ਅਗਿਆਨਤਾ ਦੀ ਨੀਂਦ ਵਿੱਚ ਮਰ ਚੁੱਕਿਆ ਮਨ, ਗੁਰੂ ਦੀ ਬਾਣੀ ਨਾਲ ਜਿਉਂਦਾ ਹੋ ਗਿਆ, ਫਿਰ ਤੇ ਅਰਥੇ ਮੰਨ ਲੈਂਦੇ ਜੇ ਮਨ ਲਫ਼ਜ਼ ਹੁੰਦਾ ਤੇ। ਇੱਥੇ ਕੀ ਹੈ? ਮ੍ਰਿਤਕ ਕੋ ਪਾਇਓ ਤਨ ਸਾਸਾ, ਸਾਹਾਂ ਦੇ ਨਾਲ ਮਨ ਨਹੀਂ ਤਨ ਚੱਲਦਾ ਹੈ, ਸਵਾਸਾਂ ਦੀ ਮਨ ਨੂੰ ਲੋੜ ਨਹੀਂ ਹੈ, ਵਿਕਾਰਾਂ ਦੀ ਮੌਤ ਮਨ ਮਰਿਆ। ਇਹਦਾ ਮਤਲਬ ਇਹ ਹੈ ਵਿਕਾਰੀ ਹੋ ਗਿਆ ਹੈ, ਮਨ ਕਦੇ ਮਰਦਾ ਨਹੀਂ ਹੈ, ਮਨ ਤੇ ਸਦਾ ਹੀ ਸੁਰਜੀਤ ਹੈ। ਜਦੋਂ ਚੌਵਾਂ ਪੈਰਾਂ ਤੇ ਸੀ ਨਾ ਪਸ਼ੂ, ਪਸ਼ੂਆਂ ਦੀ ਜੋਨੀ ਹੋਵੇਗੀ ਸਾਡੇ ਕੋਲ, ਮਨ ਉਦੋਂ ਵੀ ਇਹੀ ਸੀ। ਅੱਜ ਬੰਦੇ ਬਣ ਗਏ ਆ, ਮਨ ਉਹੀ ਹੈ। ਸੂਖਸ਼ਮ ਜੀਵ ਨਹੀਂ ਮਰਦਾ, ਉਹ ਆਤਮਾ ਨਹੀਂ ਮਰਦੀ, ਉਹ ਮਨ ਨਹੀਂ ਮਰਦਾ, ਤਨ ਮਰਦਾ ਹੈ। ਤੇ ਤਨ ਨੂੰ ਚੱਲਦਿਆਂ ਰੱਖਣ ਲਈ ਸਾਹਾਂ ਦੀ ਲੋੜ ਹੈ, ਮਨ ਨੂੰ ਸਾਹ ਨਹੀਂ ਜੇ ਚਾਹੀਦੇ, ਮਨ ਤੇ ਕਿਸੇ ਹੋਰ ਸਰੀਰ ਨੂੰ ਧਾਰ ਲਵੇਗਾ। ਮ੍ਰਿਤਕ ਕਹੋ ਪਾਇਓ ਤਨ ਸਾਸਾ ਵਿਸ਼ਰਤ ਆਨ ਮਿਲਾਇਆ, ਮੁਰਦਿਆਂ ਦੇ ਤਨ ਵਿੱਚ ਸਾਹ ਪਾ ਦੇਣੇ, ਇਹ ਪ੍ਰਭੂ ਦੀ ਬਰਕਤ ਹੈ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਰਕਤ ਹੈ, ਗੁਰੂ ਗੋਬਿੰਦ ਸਿੰਘ ਦੀ ਬਰਕਤ ਹੈ। ਪਸ਼ੂ ਪ੍ਰੇਤ ਮੁਗਧ ਪਏ, ਸਰੋਤੇ ਹਰ ਨਾਮਾ ਮੁਖ ਗਾਇਆ। ਅੱਗੇ ਕੀ ਕਹਿੰਦੇ ਨੇ? ਪੂਰੇ ਗੁਰ ਕੀ ਦੇਖ ਵਡਾਈ, ਪੂਰੇ ਗੁਰ ਕੀ ਦੇਖ ਵਡਾਈ ਤਾਂ ਕੀ ਕੀਮਤ ਕਹਿਣ ਨਾ ਜਾਈ, ਮ੍ਰਿਤਕ ਕੋ ਪਾਇਓ ਤਨ ਸਾਸਾ। ਇਹ ਸਾਡੇ ਗੁਰੂ ਦੀ ਵਡਿਆਈ ਹੈ,
ਮੁਰਦਿਆਂ ਦੇ ਵਿੱਚ ਜਾਨ ਪਾ ਦੇਣੀ, ਇਹ ਸਾਡੇ ਗੁਰੂ ਦੀ ਬਰਕਤ ਹੈ। ਹੁਣ ਜਿਹੜੇ ਕਹਿੰਦੇ ਨੇ ਜੁਦਾ ਕੀਤੇ ਸਿਰ ਕੋਈ ਜੋੜ ਨਹੀਂ ਸਕਦਾ, ਉਹ ਫਿਰ ਗੁਰੂ ਗ੍ਰੰਥ ਸਾਹਿਬ ਨਾਲ ਹੀ ਨਜਿੱਠ ਲੈਣ। ਮੈਂ ਨਹੀਂ ਕਹਿੰਦਾ ਜੁੜਦੇ ਨੇ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਵੀ ਪੂਰਾ ਗੁਰੂ ਕੁਝ ਵੀ ਕਰ ਸਕਦਾ ਹੈ। ਫਿਰ ਪੜ੍ਹਦੇ ਹੋ ਕਿਤ ਮੁਖ ਗੁਰਸਾ ਲਾਹੀ ਹੈ ਕਰਨ ਕਾਰਨ, ਸਮਰੱਥ ਜੋ ਚਾਹੇ ਕਰ ਸਕਦਾ ਹੈ। ਇਹ ਸਾਡੇ ਗੁਰੂ ਦੀ ਵਡਿਆਈ ਹੈ, ਹੋਰ ਕਿਸੇ ਕੋਲੇ ਵਡਿਆਈ ਹੈ ਨਹੀਂ, ਬਰਕਤ ਹੈ ਨਹੀਂ ਹੈ। ਜੇ ਤੁਸੀਂ ਆਖੋਗੇ ਪਰਮੇਸ਼ਰ ਹੀ ਕਰ ਸਕਦਾ ਹੈ, ਫਿਰ ਭੁੱਲ ਗਏ ਹੋ। ਗੁਰ ਪਰਮੇਸ਼ਰ ਇੱਕੋ ਜਾਨ, ਗੁਰੂ ਤੇ ਪਰਮੇਸ਼ਰ ਇੱਕ ਹੀ ਨੇ। ਜੋ ਤਿਸ ਭਾਵੈ ਸੋ ਪ੍ਰਵਾਨ, ਜੇ ਉਹਨੂੰ ਚੰਗਾ ਲੱਗਾ ਵੀ ਧਰ ਨਾਲੋਂ ਸਿਰ ਜੁਦਾ ਕਰਨੇ ਨੇ ਤੇ ਜੁਦਾ ਕਰ ਦਿੰਦਾ ਹੈ। ਜੇ ਚੰਗਾ ਲੱਗਾ ਧਰ ਨਾਲ ਸਿਰ ਜੋੜਨੇ ਨੇ, ਦਇਆ ਰਾਮ ਵਰਗਿਆਂ ਨੂੰ ਦਇਆ ਸਿੰਘ ਬਣਾ ਦਿੰਦਾ ਹੈ, ਸਿੱਖਾਂ ਨੂੰ ਸ਼ੇਰ ਬਣਾ ਦਿੰਦਾ ਹੈ, ਗਊਆਂ ਨੂੰ ਸ਼ੇਰ ਬਣਾ ਦਿੰਦਾ ਹੈ। ਕਹਿੰਦੇ ਨੇ ਯਾਦ ਰੱਖੀ ਇਹਤੇ ਕੱਖ ਵੀ ਤਾਕਤ ਨਹੀਂ ਹੈ, ਗੁਰ ਕੀ ਮਹਿਮਾ ਕਥਨ ਨਾ ਜਾਏ। ਗੁਰ ਕੀ ਮਹਿਮਾ ਕਥਨ ਨਾ ਜਾਏ, ਪਾਰ ਬ੍ਰਹਮ ਗੁਰ ਰਹਿਆ ਸਮਾਏ। ਇਹ ਕੱਖ ਵੀ ਨਹੀਂ, ਇਹ ਤੇ ਨਿੱਕਾ ਜਿਹਾ ਗੁਣ ਹੈ, ਮੁਰਦਿਆਂ 'ਚ ਜਾਨ ਪਾਉਣੀ, ਉਹਦੀ ਮਹਿਮਾ ਅਗੰਮ ਤੇ ਬੋਧ ਹੈ, ਬੇਅੰਤ ਬੇਅੰਤ ਤਾਕਤਾਂ ਦਾ ਮਾਲਕ ਹੈ। ਯਾਦ ਰੱਖੀ ਪ੍ਰਭ ਭਾਵੈ ਬਿਨ ਸਾਸ ਤੇ ਰਾਖੇ, ਸਾਹਾਂ ਤੋਂ ਬਿਨਾਂ। ਹੁਣ ਸਾਹ ਨਾਲ ਮਨ ਨਹੀਂ ਚੱਲਦਾ, ਫਿਰ ਧਿਆਨ ਰੱਖਿਓ ਇਹ ਤੇ ਤਨ ਚੱਲਦਾ ਹੈ, ਸਾਹਾਂ ਦੀ ਤਨ ਨੂੰ ਲੋੜ ਹੈ ਮਨ ਨੂੰ ਨਹੀਂ। ਪੰਜ ਪਿਆਰੇ ਸਾਜ ਦਿੱਤੇ ਗਏ। ਵੈਸੇ ਵੀ ਗੁਰੂ ਘਰ ਵਿੱਚ ਪੰਜਾਂ ਦੀ ਮਰਿਆਦਾ ਹੈ, ਪੰਚ ਪ੍ਰਵਾਣ, ਪੰਚ ਪ੍ਰਧਾਨ, ਪੰਚ ਹੈ ਪਾਵੈ ਦਰਗਹਿ ਮਾਨ, ਪੰਚ ਸੋਹੇ ਦਰ ਰਾਜਾਨ। ਪੰਜ ਪਿਆਰੇ, ਪੰਜ ਹੀ ਬਾਣੀਆਂ, ਪੰਜ ਹੀ ਵੇ